ਦਾ ਬੱਕਰਾ ਨੇ ਈਦ 'ਤੇ ਨਹੀਂ ਸੀ ਵਿਕਿਆ ਅਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਉਂ ਨਹੀਂ ਵਿਕਿਆ। ਸਹੀ ਠੰਡ ਹੋ ਗਿਆ ਮੇਰਾ ਸਹੀ ਗੜਾ ਸੇ ਚੰਡਾਏ ਆ ਜੀ ਉਹ ਤਿੱਖੇ ਕੀਤੇ ਪੋਲੀ ਤਿੱਖੇ ਹੋ ਗਏ ਗਰਮ ਜੀ ਚੁਣ ਗਿਆ ਵਾਲ ਜੀ ਕਰਦਾ ਅਬੂ ਵਾਲ ਲਈ ਕਰਦਾ ਇਹ ਚੇਂਜ ਕਰਨਾ ਪੈਣਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਵਾਲੇਕੁਮ ਸਾਧੂ ਸਾਨੂੰ ਸੁਣਾਓ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ। ਚਾਚੂ ਯੂਨਸ ਹੁਣੀ ਆਏ ਉਹਨਾਂ ਨੂੰ ਸੱਦਿਆ ਸੀ ਸਵੇਰੇ ਫੋਨ ਕੀਤਾ ਸੀ ਸੋ ਇੱਕ ਪੈਪ ਲੀਕ ਸੀ ਪਾਣੀ ਵਾਲੀ ਟੈਂਕੀ ਦਾ ਅਤੇ ਇੱਕ ਨਾ ਉਹ ਸੀਗਾ ਕੰਮ ਦੋ ਤਿੰਨ ਹੋਰ ਕਰਾ ਲਏ ਇੱਕ ਕੰਮ ਕਰਨ ਦੀ ਬਜਾਏ ਨਾ ਦੋ ਤਿੰਨ ਕੰਮ ਹੋਰ ਕਰਾ ਲਏ ਅਸੀਂ ਨਾਲ ਚਾਚੀ ਯੂਨਸ ਕੋਲੋਂ ਅਤੇ ਚਾਹ ਲੈਣ ਆਇਆ ਮੈਂ ਘਰੋਂ ਚਾਚੀ ਯੂਨਸ ਵਾਸਤੇ ਚਾਹ ਦਿਓ ਬਾਈ ਪਾ ਕੇ ਚਾਹ ਲੈ ਕੇ ਉਹ ਕਿਹੜਾ ਨੁਕਰ ਜੀ ਜੋੜ ਨਹੀਂ ਉਹ ਲਵਾਇਆ ਇੱਥੇ ਦੇਖੋ ਤੁਸੀਂ ਕਿੰਨਾ ਸਾਫ਼ ਮਾਹੌਲ ਹੈਗਾ ਇਹ ਟੈਂਕੀ ਦੇ ਥੱਲੇ ਪਾਣੀ ਵਾਲੀ ਟੈਂਕੀ ਦੇ ਥੱਲੇ ਮੀਆਂ ਮੁਜ਼ੰਮਲ ਪੇਂਡੂ ਹਾਂ ਮੀਆਂ ਮੁਜ਼ੰਮਲ ਪੇਂਡੂ ਮੈਂ ਹੁਣੇ ਤੁਹਾਨੂੰ ਚੈੱਕ ਕਰ ਲੂੰਗਾ ਕਰ ਇੱਧਰ ਆਇਆ ਚਾਚਾ ਇਕਬਾਲ ਚਾਚਾ ਇਕਬਾਲ ਸੁਣਾ ਕਿੱਦਾਂ ਫਿਟ ਫਾਟ ਹਾਂ ਬੜੀ ਦੇਰ ਬਾਅਦ ਨਜ਼ਰ ਆਇਆ ਮੈਂ ਤਾਂ ਗਵਾਚਿਆ ਹੀ ਰਹਿੰਦਾ ਅਬੂ ਜੁਗਤਾਂ ਮਾਰਦਾ ਹੀ ਚਾਚਾ ਕਬਾਲ ਲੈਣ ਆਏ ਪੜ੍ਹੇ ਕੁੱਤਣ ਲੱਗਾ ਆਪ ਹੀ ਆਹ ਦੇਖ ਹੱਥ ਲਾਇਆ ਮੇਰਾ ਭਾਈ ਆ ਮੇਰਾ ਭਾਈ ਆ ਆਹ ਚੱਲ ਜਾਣਾ ਤੂੰ ਹੈਂ ਕਦੋਂ ਜਾਣਾ ਦੁਪਹਿਰ ਨੂੰ ਸੁਬਹ ਨੂੰ ਜਾਣਾ ਫੈਜ਼ੀ ਭਾਈ ਮੋਟਰਸਾਈਕਲ ਲੈ ਕੇ ਆਇਆ ਮੈਨੂੰ ਦੇ ਕੇ ਕੰਮ ਕਰਾਇਆ ਇਹਦਾ ਸ਼ੌਕ ਸ਼ੂਕ ਨਾ ਇਹਦੇ ਹਰ ਸ਼ੈ ਲੀਕ ਹੋਈ ਸੀਗੀ ਹਰ ਸ਼ੈ ਦੀ ਨਾ ਲੀਕ ਹੋਈ ਸੀਗੀ ਕਿੰਨਾ ਹੀ ਕੰਮ ਕਰਾਉਣੇ ਵਾਲਾ ਸੀਗਾ। ਹਾਂਜੀ ਸੁਣਾਓ ਭਾਈ ਕਿੱਦਾਂ ਠੀਕ ਠਾਕ ਹੋ ਇਸ ਟਾਈਮ ਆਏ ਕਿੱਧਰੋਂ ਰੂੜੀ ਛੱਡਦੇ ਹਾਂ ਦੁਪਹਿਰੇ ਕਿਆ ਦੇਖ ਲਓ ਇੰਨਾ ਬਿੱਲ ਆ ਗਿਆ ਤੁਹਾਨੂੰ ਚੈੱਕ ਕਰਨਾ ਆਹ ਬਿੱਲ ਆ ਤਕਰੀਬਨ ਖਰਚਾ 3360 ਇੱਕ ਆ 2347 ਆ ਵਾ ਚੰਗਾ ਖਰਚਾ ਆ ਗਿਆ ਮੋਟਰਸਾਈਕਲ 'ਤੇ ਇੱਥੇ 4701 ਆ 3000 ਇੱਕ ਆ ਅਤੇ ਹੁਣ ਐਨ ਸੈਟਲਮੈਂਟ ਹੋ ਗਈ ਆ ਸ਼ਾਕ ਸ਼ੂਕ ਜੋ ਵੀ ਇਹਦਾ ਨਾ ਟੈਂਕੀ ਵਾਲੀ ਟੈਂਕੀ ਟੂੰਕੀ ਦਾ ਜੋ ਵੀ ਵਾਲ ਵੂਲ ਹਰ ਸ਼ੈ ਕੰਮ ਸ਼ੰਮ ਹੋ ਗਿਆ ਇਹਦਾ ਆਹ ਵੀ ਨਵਾਂ ਪਵਾ ਲਿਆ ਇਹਦਾ ਚਲੋ ਮੋਟਰਸਾਈਕਲ ਤਾਂ ਸੈੱਟ ਹੋ ਗਈ ਨਾ ਅਤੇ ਆਉਣ ਵਾਲੀ ਥੋੜ੍ਹੀ ਅੱਗੇ ਚਲਾ ਕੇ ਜਾਂਦੇ ਹਾਂ ਮੋਟਰਸਾਈਕਲ ਕੰਮ ਦੀ ਸੀਗੀ ਪੋਲੀ ਦੋ ਜਣੇ ਬਹਿ ਜਾਂਦੇ ਸੀਗੇ ਮੁਨਸ਼ੀ ਸਾਹਿਬ ਸਾਡੇ ਨਾ ਇੱਥੇ ਪੋਲੀ ਬੋਰੀਆਂ ਖਾਧੀਆਂ ਤਿੰਨ ਤਿੰਨ ਚਾਰ ਚਾਰ ਲੱਤ ਕਿਲ ਜਾਂਦੇ ਇਹਨਾਂ ਨਾਲ ਮਰੱਬੇ ਇਸ ਵਜ੍ਹਾ ਤੋਂ ਫਿਰ ਇਹਦਾ ਕੰਮ ਸਾਰਾ ਹੀ ਖਰਾਬ ਹੋ ਗਿਆ ਹੁਣ ਸੈੱਟ ਆ ਮਾ ਚਲੋ ਸੈੱਟ ਹੋ ਗਿਆ ਕਿਹੜਾ ਇੱਕ ਦੋ ਕੰਮ ਰਹਿੰਦੇ ਉਹ ਸੁਬਹ ਕਰਾ ਲਵਾਂਗਾ ਮੈਂ ਆਪ ਕਿਹੜੇ ਇੱਕ ਇਹਦੀ ਆ ਚਾਬੀ ਰਹਿੰਦੀ ਸੈੱਟ ਕਰਾਉਣ ਵਾਲੀ ਅਤੇ ਇੱਕ ਉਹ ਪੀਲੀ ਲਾਈਟ ਦਾ ਸਪਰਿੰਗ ਪਾਉਣੇ ਵਾਲਾ ਇਹਨੂੰ ਵੀ ਮਸ਼ੀਨ ਲਾ ਦਿੱਤਾ ਉਹਨੂੰ ਵੀ ਮਸ਼ੀਨ ਲਾ ਦਿੱਤੀ ਦੋਵਾਂ ਦੀ ਧਾਰ ਨਿਕਲ ਰਹੀ ਆ ਤਕਰੀਬਨ 4 ਵਜੇ ਆ ਅਤੇ ਇਹਨਾਂ ਨੂੰ ਮਸ਼ੀਨਾਂ ਨੂੰ ਲਾ ਦਿੱਤੀਆਂ ਆਪਾਂ ਸੋਹਾਂ ਨੂੰ ਵੱਡਾ ਭਾਈ ਕਰਦਾ ਹੁੰਦਾ 3:30 ਵਜੇ ਧਾਰ ਸੈਲ ਟਾਈਮ ਲੱਗੀ ਇਹਨਾਂ ਨੂੰ ਮਸ਼ੀਨ 'ਤੇ ਬਾਕੀ ਇੱਕ ਗਾਂ ਹੀ ਰਹਿੰਦੀ ਆ ਉੱਧਰ ਕਿਤੇ ਹੋਣੀ ਉਹ ਫਿਰਦੀ ਤੁਰਦੀ ਬਾਕੀ ਸਾਰੇ ਪਸ਼ੂ ਅੰਦਰ ਆ ਪੱਠੇ ਛੱਠੇ ਪਾਏ ਆ ਫੇਰ ਦੇ ਆਹ ਸਾਡਾ ਛੋਟੂ ਆ ਜੀ ਚੈੱਕ ਕਰੋ ਮੈਂ ਲਖਾਏ ਕਰ ਰਿਹਾ ਛੋਟੂ ਨਵਾਂ ਛੋਟੂ ਸਾਡਾ ਆਹ ਨਵਾਂ ਛੋਟੂ ਛੋਟੂ ਹੈ ਹੈ ਦੋ ਚੌਂਕਦਾ ਹੈ ਤੁਸ ਭਾਈ ਮੈਂ ਸਵੇਰੇ ਕੀਤੀ ਸੀ ਉਹ ਆਇਆ ਸੀ ਨਾ ਉਹ ਜੋੜ ਲਾਉਣਾ ਸੀ ਉਹਦਾ ਪੈਪ ਦਾ ਤਾਂ ਫਿਰ ਮੈਂ ਸਫਾਈ ਕਰਤੀ ਉਹ ਵੈਡ ਖਲੋਤੀ ਅੰਦਰ ਉਹ ਖਲੋਤੀ ਉਹਦੀ ਧਾਰ ਕਰਨੀ ਕਰੋ ਕਿੱਦਾਂ ਹੌਂਕਣ ਦੇਈ ਉਹ ਕਿੱਦਾਂ ਹਿੱਲਣ ਦੇਈ ਉਹ ਗੋਲ ਕਰੀਆਂ ਉਹ ਦੇਖੋ ਬਹੁਤ ਹੌਂਕਣ ਦੇਈ ਇਹ ਬਿਗ ਫਾਈਟ ਹੋ ਰਹੀ ਹੈ ਜੀ ਚਿੱਟੇ ਦੀ ਅਤੇ ਕਾਲੇ ਦੀ ਉਹ ਦੇਖੋ ਉਹ ਲੈ ਬਿਗ ਫਾਈਟ ਉਹ ਲੈ ਫੜ ਲੜਾਈਆਂ ਖਤਮ ਹੋ ਗਈਆਂ
ਚਾਬੂ ਪਾਉਣ ਦੇ ਚਾਬੂ ਉੱਥੇ ਬਾਹਰ ਕੱਢ ਕੇ ਪਾ ਲੈਣਾ ਸੀ ਤਾਂ ਆਰਾਮ ਨਾਲ ਲਾਉਣ ਦੇ ਚਾਬੂ ਨੂੰ ਮੰਨਦੀ ਆ ਨਵੇਂ ਕੱਪੜੇ ਭਲਾ ਕਿਉਂ ਪਾਏ ਆ ਹੁਣ ਸ਼ਾਮੀ ਪਾਏ ਸੀ ਸਿਸਟਰ ਨੂੰ ਛੱਡਣ ਗਏ ਉਹਨੂੰ ਛੱਡ ਕੇ ਆਏ ਹੀ ਆ ਹੁਣੇ ਅਤੇ ਇੱਧਰ ਹੁਣ ਨਾਲ ਹੀ ਬੱਕਰੀਆਂ ਵਾਲੇ ਹੱਥ ਆ ਗਿਆ ਮੈਂ ਤੁਹਾਨੂੰ ਦੱਸਣ ਆਇਆ ਸੀ ਉਹ ਬੱਕਰਾ ਭਲਾ ਕਿਉਂ ਨਹੀਂ ਵਿਕਿਆ ਹੈਗਾ ਇਸ ਵਜ੍ਹਾ ਤੋਂ ਨਹੀਂ ਵਿਕਿਆ ਸੀਗਾ ਕਿਉਂਕਿ ਇਹਦੇ ਰਸੋਲੀ ਨਿਕਲ ਆਈ ਸੀ ਸੱਜੀ ਸਾਈਡ 'ਤੇ ਮੈਂ ਤੁਹਾਨੂੰ ਦਿਖਾਉਂਦਾ ਕਿੱਥੇ ਨਿਕਲੀ ਸੀ ਡਰਿਆ ਬਹੁਤ ਉਹ ਕਿੱਥੇ ਉਹ ਜ਼ਖਮ ਜਿਹਾ ਨਜ਼ਰ ਆਉਂਦਾ ਇਹਦੇ ਰਸੋਲੀ ਨਿਕਲ ਆਈ ਸੀ ਇਸ ਵਜ੍ਹਾ ਤੋਂ ਨਹੀਂ ਵੇਚਿਆ ਸੀ ਵਿਕਿਆ ਹੀ ਵੇਚਿਆ ਹੀ ਨਹੀਂ ਕਿਉਂਕਿ ਅਸੀਂ ਕਿਹਾ ਐਵੇਂ ਰਸੋਲੀ ਬਹੁਤ ਵੱਡੀ ਸੀਗੀ ਅਤੇ ਫੇਂ ਦਿੱਤੀ ਅਸੀਂ ਆਪ ਈਦ 'ਤੇ ਫਿਰ ਅਸੀਂ ਕਿਹਾ ਲਿਜਾਈਏ ਕਿਸੇ ਨੂੰ ਵੇਚੀਏ ਫਿਰ ਇਸ ਤੋਂ ਅਸੀਂ ਕਿਹਾ ਧੋਖਾ ਹੋ ਜਾਣਾ ਫਿਰ ਕਿਸੇ ਨਾਲ ਇਸ ਤੋਂ ਵੇਚਿਆ ਨਹੀਂ ਹੁਣ ਵੇਚ ਦੇਣਾ ਵਾ ਕਿੰਨੇ ਦਾ ਵੇਚਿਆ ਹੁਣ ਵੇਚਣਾ ਉੱਦਾਂ ਇਹ ਹੁਣ ਤਾਂ ਜ਼ਖਮ ਇਹਦਾ ਸੈੱਟ ਹੋ ਗਿਆ ਬਿਲਕੁਲ ਮਸਲਾ ਚੈੱਕ ਕਰੋ ਉਹ ਦੇਖੋ ਬਿਲਕੁਲ ਜ਼ਖਮ ਸੈੱਟ ਆ ਹੁਣ ਇਹਦਾ ਅਤੇ ਸਾਡੇ ਦਾ ਗੱਲ ਹੀ ਨਹੀਂ ਸੁਣਦਾ ਭਾਈ ਦਾ ਧਿਆਨ ਇੱਧਰ ਆ ਚਲੋ ਦਿਆ ਡਰਦਾ ਬੜਾ ਮੇਰੇ ਕੋਲ ਕਿਉਂਕਿ ਇਹਦੇ ਜ਼ਖਮ 'ਤੇ ਨਾ ਲੂਣ ਲਾਉਣ ਮਲਿਆ ਸੀ ਨਾ ਦਵਾਈ ਦਵੂਈ ਲਾਈ ਇਸ ਤੋਂ ਉੱਦਾਂ ਦਾ ਡਰਿਆ ਹੀ ਬਹੁਤ ਹੌਲੀ ਡਰਿਆ ਵਿਚਾਰਾ ਇਹ ਲਾ ਕੇ ਦੇਖਣਾ ਇਹਨੂੰ ਕੀ ਕਰਦਾ ਕੁਛ ਨਹੀਂ ਕਿਹਾ ਚਦਾ ਆ ਲੈ ਲਓ ਚਦਾ ਲੋ ਯਾਰ ਕੁਛ ਨਹੀਂ ਕਹਿੰਦਾ ਡਰਦਾ ਬੜਾ ਉੱਦਾਂ ਦਾ ਡਰਿਆ ਹੀ ਬਹੁਤ ਆ ਨਾ ਬਹੁਤ ਤਕਲੀਫ ਹੁੰਦੀ ਨਾ ਜਾਨਵਰ ਆ ਜਿੱਦਾਂ ਇਨਸਾਨ ਨੂੰ ਨਹੀਂ ਜ਼ਖਮ ਹੋਇਆ ਹੋਵੇ ਦਵਾਈ ਲਾਈ ਦੀ ਟੀਕਾ ਲਾਈ ਦਾ ਇਹਨੂੰ ਵੀ ਤਕਲੀਫ ਹੋਈ ਬਹੁਤ ਤਕਲੀਫ ਹੋਈ ਢੁੱਡਾ ਮਾਰਦਾ ਰਾੜ ਮਾਰਦਾ ਸੀ ਚੱਲ ਜੀ ਸ਼ਹਿਜ਼ਾਦੇ ਐਸ ਕਰ ਹੁਣ ਕਹਿੰਦਾ ਫੜ ਲਿਆ ਡਾਡੂ ਲਾ ਕੇ ਹੁਣ ਵੇਚ ਦੇਣਾ ਕਿੰਨੇ ਦਾ ਵਿਕਿਆ ਉਹਦਾ 1 ਲੱਖ ਪਤਾ ਨਹੀਂ 20 ਦਿੰਦੇ ਸੀ ਸਾਨੂੰ ਅੱਬੂ ਦੱਸਦੇ ਸੀਗੇ ਤੂੰ ਇਸ ਤੋਂ ਨਹੀਂ ਵਿਕਿਆ ਕਿਉਂਕਿ ਇਹਦੇ ਰਸੋਲੀ ਸੀ ਉਦੋਂ ਹੁਣ ਕੋਈ ਨਹੀਂ ਹੁਣ ਵਿਕ ਜਾਏਗਾ ਇਹ ਸ਼ਹਿਜ਼ਾਦਾ ਫਿਰ ਤੁਰ ਐਸ ਕਰ ਲਿੱਸਾ ਹੋ ਗਿਆ ਥੋੜ੍ਹਾ ਜਿਹਾ ਗਰਮੀ ਬਹੁਤ ਪੈਂਦੀ ਬਾਕੀ ਪਸ਼ੂ ਵੀ ਲਿੱਸੇ ਹੋਏ ਆ ਇਹ ਵੀ ਹੌਲੀ ਹੌਲੀ ਰਾਜ਼ੀ ਹੋ ਗਿਆ ਹੋ ਜਾਏਗਾ ਸਿਹਤਮੰਦ ਹੋ ਜਾਏਗਾ ਦਾਣੇ ਛਾਣੇ ਚਾਰ ਦਿਨ ਅੱਜ ਦਾ ਵਲੋਗ ਪਸੰਦ ਆਇਆ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਅਤੇ ਸ਼ੇਅਰ ਕਰ ਦਿਓ ਮਿਲਾਂ ਕਰਨ ਅਗਲੇ ਵਲੋਗ ਨਵੀਂ ਵੀਡੀਓ ਕੇ ਸਾਥ ਮੀਆਂ ਮੁਜ਼ੰਮਲ ਪਿੰਡ ਦੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਓ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ ਜਲਦੀ ਜਲਦੀ ਨਾ 3000 ਸਬਸਕ੍ਰਾਈਬਰ ਕਰਾ ਦਿਓ ਅਸਲਾਮ ਵਾਲੇਕੁਮ ਕਰੋ ਇੰਜੋਏ ਤੁਸੀਂ ਬੈਠਾ ਕਬੂਤਰ ਉਹ ਕਬੂਤਰ ਬੈਠਾ ਫੜਨ ਲੱਗੇ ਗੱਡੇ 'ਤੇ ਰੱਖਦੇ ਇਹਨੂੰ ਫਿਰ ਉਹਨੇ ਆਉਣਾ ਵਾ ਆ ਬੈਠਾ ਵਾ ਦੂਸਰਾ ਕਬੂਤਰ ਉਹ ਕਿਹੜਾ ਫੜਨਾ ਨਾ ਆ ਬੈਠਾ ਵਾ ਇੱਥੇ ਆ ਗਏ ਦੋਵੇਂ ਹੁਣ ਫੜਦੇ ਔਖੇ ਸੌਖੇ ਹੋ ਗਏ ਤੂੜੀ ਦੀਆਂ ਭੰਡਾਂ ਵੇਲੀਆਂ ਮਤੀਨ ਛਾਵਾਂ ਆ ਵੀ ਵੇਲੀ ਕਰ ਕਬੂਤਰ ਤਾਂ ਫੜ ਨਹੀਂ ਹੋਇਆ ਤੂੜੀ ਦੀਆਂ ਭੰਡਾਂ ਲੈਣ ਆ ਗਏ ਅਸੀਂ ਖਾਲੀ ਕਰਵਾਉਂਦੇ ਹਾਂ ਮਤੀਨ ਕੋਲੋਂ ਜਾਂ ਪੱਲੀਆਂ ਇਕੱਠੀਆਂ ਹੋ ਗਈਆਂ 14 ਚਾਹੀਦੀਆਂ ਟੋਟਲ ਤਾਂ ਮਿਲਾਂਗੇ ਹੁਣ ਸੁਬਹ ਨੂੰ 4-5 ਵਜੇ ਚੱਲ ਜਾਣਾ ਘਰੋਂ ਤੂੜੀ ਲੈਣ ਮੈਂ ਚੱਲ ਜਾਣਾ ਪਾਊਂਗਾ ਜਾ ਕੇ ਫੈਦੀ ਮਗਰ ਟੈਸਟ ਲੈ ਜਾਏਗਾ ਤਿੰਨਾਂ ਨੂੰ ਬੰਨ ਕੇ ਰੱਖ ਦਿੰਦੇ ਹਾਂ ਭਾਈ ਆ ਚਿਪਸ ਮੰਗਾਈ ਆ ਇਸ ਟਾਈਮ ਖਾ ਰਹੇ ਹਾਂ ਅਸੀਂ ਸਾਰੇ 10-11 ਵੱਜ ਗਏ ਆ ਅਸੀਂ ਕਿਹਾ ਖਾ ਲਈਏ ਚੱਕਦਾ ਸੀ ਦੱਸੀ ਇੱਧਰ ਤੋ ਦੱਸੀ ਵੈਸ਼ਾ ਕਿੱਦਾਂ ਮਾਲ ਚੱਕਦਾ ਸੀ ਮੈਂ ਨੀ ਸਹੀ ਕੀਤਾ ਤੁਹਾਡੇ ਨਾਲ ਮੈਂ ਨੀ ਚੰਗਾ ਰਹਿ ਗਿਆ ਬੁੱਕ ਪੂਰਾ ਭਰਿਆ ਮੈਂ ਕੀ ਖਾਧਾ ਕਹਿੰਦਾ ਲੈ ਤੇਰੀ ਸਪੀਡ ਹੀ ਸਾਨੂੰ ਬਹੁਤ ਤੇਜ਼ ਹੋ ਰਹੇ ਹੋ ਹੈ